ਆਫੀਸ਼ੀਅਲੀ ਟ੍ਰਿਪ ਸਮਾਪਤ ਹੋਇਆ ਸਾਡੇ ਬੋਰਡਸ ਬਿਗੇਸਟ ਐਗਸ ਦੇਖਣੀਆਂ ਉਹ ਤਾਂ ਰਾਹ 'ਚ ਆ ਜਾਣੇ ਉਦੋਂ ਨਿੱਕੇ ਜਿਹੇ ਸਟੋਪ ਹੀ ਆ ਮਤਲਬ ਮੇਨ ਮੇਨ ਚੀਜ਼ਾਂ ਖਤਮ ਆ ਹੁਣ ਸਿੱਧਾ ਘਰ ਜਾ ਕੇ ਢੁਕਣਾ 8:30 ਘੰਟੇ ਦੀ ਰਾਈਡ ਆ ਨਾ ਸੋ ਇੱਥੋਂ ਸਿੱਧਾ ਮੋਂਟਰੀਅਲ ਪਹਿਲਾ ਮਿੰਨੀ ਸਟੋਪ ਅੱਜ ਦਾ ਵਰਲਡਸ ਬਿਗੇਸਟ ਐਗਸ ਕਹਿੰਦੇ ਦੁਨੀਆ ਦਾ ਸਾਰਿਆਂ ਤੋਂ ਲੰਮਾ ਛੱਤਿਆ ਬ੍ਰਿਜ ਕੈਨੇਡਾ ਦੇ ਵਿੱਚ ਇੰਨਾ ਲੰਮਾ ਵੀ ਨੀਗਾ ਮੈਕਸੀਮਮ ਵਾਟ ਕਿਤੇ ਲਿਖਿਆ ਹੋਣਾ ਬਾਅਦ 'ਚ ਪੜ੍ਹ ਕੇ ਦੱਸਦਾ ਇੱਕ 1282 ਫੀਟ ਹੈ ਲੰਮਾ ਪਰ ਪ੍ਰੋਬਲਮ ਆ ਟੂ ਵੇ ਨੀਗਾ ਵਨ ਵੇ ਆ ਮਤਲਬ ਇੱਕ ਗੱਡੀ ਇੱਧਰੋਂ ਜਾਊਗੀ ਉਹ ਦੂਜੇ ਬੰਦੇ ਨੂੰ ਵੇਟ ਕਰਨਾ ਪੈਂਦਾ ਫਿਰ ਦੂਜੀ ਗੱਡੀ ਉੱਧਰੋਂ ਆ ਸਕਦੀ ਪਰ ਪੈਡੈਸਟ੍ਰੀਅਨਸ ਲਈ ਵੀ ਬਣਿਆ ਆ ਲੋਕ ਤੁਰ ਕੇ ਵੀ ਜਾ ਸਕਦੇ ਆ ਇੱਧਰੋਂ ਉੱਧਰ ਸੋ ਆਪਾਂ ਬ੍ਰੇਕਫਾਸਟ ਲਈ ਜਾਂ ਬ੍ਰੰਚ ਲਈ ਰੈਸਟੋਰੈਂਟ ਲੱਭ ਰਹੇ ਹਾਂ ਪਰ ਗੂਗਲ ਮੈਪ ਕਹਿੰਦਾ ਕਿਤੇ ਆ ਰੈਸਟੋਰੈਂਟ ਕਿਤੇ ਆ ਉਹ ਤੁਸੀਂ ਦੇਖ ਸਕਦੇ ਬ੍ਰੈਜ ਸਾਹਿਬ ਉੱਥੋਂ ਉਹ ਫਾਈਨਲੀ ਲੱਭ ਗਿਆ ਇਨਸਾਈਡ ਐਂਡ ਇਹਦਾ ਨਾਮ ਹੈ ਫਾਇਰ ਐਂਡ ਆਈਸ ਬਿਸਟਰੋ ਆਲਰਾਈਟ ਸੋ ਆਪਾਂ ਫਾਇਰ ਐਂਡ ਡਰੈਗਨ ਨਹੀਂ ਕੀ ਸੀਗਾ ਆਈਸ ਐਂਡ ਫਾਇਰ ਤੋਂ ਅਸੀਂ ਲੈ ਕੇ ਆਏ ਹਾਂ ਨਾਲੇ ਘੰਟੇ ਜੀ ਵਿਊ ਆ ਪਾਣੀ ਦੇ ਕੰਢੇ ਹੋਰ ਬੰਦੇ ਨੂੰ ਕੀ ਚਾਹੀਦਾ ਦੱਸ ਪੈਸਾ ਪਰ ਪੈਸਾ ਸਦਾ ਨਹੀਂ ਲੋੜ ਰਹਿੰਦੀ ਹੈ ਚਲੋ ਕੋਈ ਨਹੀਂ ਟੋਟਲ ਮਾਈਲੇਜ ਕਿੰਨੀ ਹੋਈ ਆਪਣੀ ਵੀ 4200 ਸੱਤ ਦਿਨਾਂ ਦੇ ਵਿੱਚ 6 ਰਾਤਾਂ 'ਚ 4 ਡਿਫਰੈਂਟ ਸਟੇਟਾਂ 'ਚ ਵਧੀਆ ਰਿਹਾ ਟ੍ਰਿਪ ਵਧੀਆ ਰਿਹਾ ਲਓ ਵੀ ਸੱਜਣੋ ਸੱਜਣ ਥੱਕ ਜਾਣਾ ਤੇਰੇ ਵੇਲੇ ਅਫੀਸ਼ੀਅਲੀ ਮੋਂਟਰੀਅਲ ਦੇ ਵਿੱਚ ਵਾਪਸ ਪਹਿਲਾਂ ਅਸੀਂ ਜਾ ਰਹੇ ਹਾਂ ਤਾਹਿਰ ਨੂੰ ਡਰੋਪ ਕਰਨ ਬਾਅਦ 'ਚ ਬ੍ਰੈਜ ਸਾਹਿਬ ਮੈਨੂੰ ਡਰੋਪ ਕਰਨਗੇ ਗੱਡੀ ਆਪਦੇ ਨਾਲ ਰੱਖਣਗੇ ਗੱਡੀ 'ਚੋਂ ਵੀ ਕੱਲ੍ਹ ਨੂੰ ਤੇਲ ਭਰਾ ਕੇ ਉਹਨਾਂ ਨੂੰ ਛੱਡ ਕੇ ਆਉਣੀ ਆ ਨਾਲੇ ਜਿਹੜਾ ਟਾਇਰ ਪੈਂਚਰ ਹੋਇਆ ਸੀਗਾ ਉਹਦਾ ਉਹਨਾਂ ਨੂੰ ਦੱਸਣਾ ਵੀ ਭਾਈ ਟਾਇਰ ਪੈਂਚਰ ਹੋਇਆ ਸੀਗਾ ਕੀ ਹਿਸਾਬ ਕਿਤਾਬ ਆ ਉਹ ਕਨਫਰਮ ਕਰਨਾ ਆ ਇਹ ਹੋ ਗਿਆ ਪਹਿਲੇ ਵਲੌਗ ਦਾ ਐਂਡ ਪਹਿਲਾਂ ਤਾਂ ਲਾਸਟ ਪ੍ਰੋਬਬਲੀ ਕਿਉਂਕਿ ਸਿਆਪਾ ਹੀ ਆ ਆਹੋ ਕਰਦੇ ਕਰਦੇ ਇੱਕ ਗੱਲ ਪਤਾ ਲੱਗ ਗਈ ਵੀ ਮੇਰੇ ਵਾਸਤੇ ਗੱਲ ਨਹੀਂ ਵੀ ਪਹਿਲੀ ਗੱਲ ਤਾਂ ਸਾਡਾ ਕੈਮਰੇ ਵੱਲ ਦੇਖ ਨਹੀਂ ਹੁੰਦਾ ਮੈਂ ਡਿਸਪਲੇ ਦੇਖਣ ਲੱਗ ਜਾਂਦਾ ਹਾਂ ਦੂਜੀ ਗੱਲ ਨਹੀਂ ਬਸ ਇਹੀ ਗੱਲ ਆ ਬਸ ਹੋਰ ਦੂਜੀ ਗੱਲ ਹੈ ਨਹੀਂ ਗੀ ਦੂਜੀ ਗੱਲ ਬਾਏ ਕਹਿ ਦਿਓ ਮੈਨੂੰ ਨੀਂਦ ਆਈ ਆ ਘਰ ਜਾ ਕੇ ਸੋਹੀ ਗੱਡੀ 'ਚ ਨਹੀਂ ਸੋਣਾ ਤੂੰ ਬਾਏ ਕਹਿ ਦੇ ਬਾਏ ਓਕੇ ਜੀ ਸਤਿ ਸ਼੍ਰੀ ਅਕਾਲ ਪੀਸ ਆਊਟ